संधु साहब तुसी मैनूं अक्सर एक गल कहिंदे हो पाड़ा तो गर्म पड़ा चलता है, पर मैं तुहाडे तो आग्या लैण लग्या जिथे गर्म होना पैंदा है उत्थे होना है। जिथे मेरे वर्कर नूं ये मेरे वर्कर ने जिथे तुसी मेरी ड्यूटी लाती चार पिंडां च, ते जे मेरे वर्कर वाले कोई अख पट के देखेगा तो मैं अख कट दूंगा, मैं बड़ा पदरा है नहीं। दाका में उपचुनाव के चलते कांग्रेस पार्टी के प्रत्याशी कैप्टन संदीप संधू द्वारा गुजरवाल गांव में जाकर जनसभा को संबोधित किया गया। इस दौरान उनके साथ गुरदासपुर के विधायक वरिंदर सिंह पाड़ा भी चुनावी सभा को संबोधित करते हुए दिखाई दिए। इस दौरान उन्होंने सीधा सीधा अकाली दल के साथ साथ सरकारी मुलाजिमों को भी चेतावनी दे डाली। देखे है खास रिपोर्ट। संधू साहब तुसी मैनूं अक्सर एक गल कहिंदे हो पाड़ा तो गर्म पड़ा चलता है, पर मैं तुहाडे तो आग्या लैण लग्या जिथे गर्म होना पैंदा है ਉੱਥੇ ਹੋਣਾ। ਜਿੱਥੇ ਮੇਰੇ ਵਰਕਰ ਨੂੰ ਇਹ ਮੇਰੇ ਵਰਕਰ ਨੇ ਜਿੱਥੇ ਤੁਸੀਂ ਮੇਰੀ ਡਿਊਟੀ ਲਾਤੀ ਚਾਰ ਪਿੰਡਾਂ 'ਚ, ਤੇ ਜੇ ਮੇਰੇ ਵਰਕਰ ਵਾਲੇ ਕੋਈ ਅੱਖ ਪੱਟ ਕੇ ਦੇਖੇਗਾ ਤੇ ਮੈਂ ਅੱਖ ਕੱਢ ਦੂੰਗਾ, ਮੈਂ ਬੜਾ ਪੱਧਰਾ ਹੈ ਨਹੀਂ। ਤੁਹਾਡੇ ਪਿੰਡ 'ਚ ਵਰਿੰਦਰਮੀਤ ਸਿੰਘ ਪਾੜਾ ਨਹੀਂ, ਮੇਰੇ ਇੱਥੇ ਸਾਥੀ ਖੜੇ ਨੇ, ਆ ਸੋਨੂੰ ਬਾਜਵਾ ਇੱਥੇ ਚੇਅਰਮੈਨ ਬੈਠਾ ਮੇਰਾ ਬਲਾਕ ਸੰਮਤੀ ਪਾੜਾ, ਅਜੇ ਬੜੀ ਦੂਰ ਦੀ ਗੱਲ ਆ, ਪਾੜੇ ਦੇ ਹੱਥ ਪਹੁੰਚਦਿਆਂ ਤੁਹਾਡਾ ਟਾਈਮ ਲੱਗਣਾ। ਜਿੰਨੇ ਦਾ ਇਲੈਕਸ਼ਨ ਹੈ ਸੋਨੂੰ ਬਾਜਵਾ ਤੇ ਮੇਰੀ ਟੀਮ ਬੈਠੀ ਆ, ਜੇ ਅੱਗੇ 'ਚ ਯੁਰਤ ਹੈ ਅੱਜ ਵੋਟ ਲਾ ਕੇ ਉਹਨਾਂ ਪੱਟ ਕੇ ਦਿਖਾਏ ਆ ਹਰਿਆਲੀ ਨੂੰ ਤੇ ਆ ਕੇ ਪੱਟੇ ਆ ਪਾਣ ਕੇ। ਸੰਧੂ ਸਾਹਿਬ ਇੱਥੇ ਦੋ ਤਿੰਨ ਬੰਦੇ ਨੇ ਪਿੰਡ 'ਚ, ਇੱਕ ਉਪਕਾਰ ਸਿੰਘ ਸਹਾਇਕ ਸੁਪਰਡੈਂਟ ਆਬਕਾਰੀ ਵਿਭਾਗ 'ਚ ਲੱਗਿਆ ਇਸੇ ਪਿੰਡ ਦਾ, ਇੱਕ ਗੁਰਵਿੰਦਰ ਸਿੰਘ ਆ ਲਾਈਨਮੈਨ, ਤੇ ਇੱਕ ਕਿਸੇ ਹੋਰ ਪਿੰਡ ਦਾ ਹਰਦੀਪ ਸਿੰਘ ਗ੍ਰਾਮ ਸੇਵਕ ਹੈ। ਅੱਜ ਫੇਸਬੁੱਕਾਂ ਚੱਲੀ ਜਾਂਦੀਆਂ, ਬੋਲਣਾ ਕੱਖ ਨਹੀਂ, ਮੇਰੇ ਬੋਲਣ 'ਚ ਸਾਰਾ ਕੁਛ ਹੀ ਆ ਗਿਆ, ਆਹ ਮੇਰੀ ਜੀਭ 'ਚ ਪੈ ਗਿਆ ਜੀ। ਜਿਹੜਾ ਬੰਦਾ ਇਸ ਪਿੰਡ ਦਾ ਵੀ ਹੋਵੇ ਚਾਹੇ ਮੇਰੇ ਚੌਹਾਂ ਪਿੰਡਾਂ 'ਚ ਹੋਵੇ, ਜਿਹੜਾ ਵੋਟ ਮੰਗਣ ਲੱਗਿਆ ਦਬਕਾ ਮਾਰੇ, ਜਿਹੜਾ ਕਿਸੇ ਮੇਰੇ ਕਾਂਗਰਸ ਵਰਕਰ ਨੂੰ ਦਬਕਾ ਮਾਰੇ, ਸੰਧੂ ਸਾਹਿਬ ਇਹ ਹਿਸਾਬ ਕਿਤਾਬ ਲੈਣਾ ਪੈਣਾ। ਬਹੁਤੇ ਭਲਵਾਨ ਸੀ ਨਾ ਮੈਂ ਚੱਲਣ ਦੇਣੀ ਜੀ ਆਪਣੇ ਚੌਹਾਂ ਪਿੰਡਾਂ 'ਚ, ਤੇ ਨਾ ਮੈਂ ਕਰਨ ਦੇਣੀ, ਜਿੱਥੇ ਕਿਸੇ ਨਾਲ ਧੱਕਾ ਹੋਇਆ ਹਿਸਾਬ ਲੈਣਾ। ਮੈਂ ਗੁਰਦਾਸਪੁਰ ਤੋਂ ਸ਼ਹਿਰ ਤੋਂ ਵਿਧਾਇਕ ਹਾਂ ਕਾਂਗਰਸ ਪਾਰਟੀ ਦਾ, ਅਤੇ ਲੋਕਾਂ ਨੇ ਮੈਨੂੰ 30,000 ਨਾ ਜਿਤਾਇਆ ਸੀ, ਔਰ ਲੋਕਾਂ ਦਾ ਇੱਕ ਵਿਸ਼ਵਾਸ ਆ ਕਾਂਗਰਸ ਪਾਰਟੀ 'ਤੇ, ਔਰ ਕਾਂਗਰਸ ਪਾਰਟੀ ਵੱਲੋਂ ਮੇਰੀ ਇੱਥੇ ਚਾਰ ਪਿੰਡਾਂ 'ਚ ਡਿਊਟੀ ਲੱਗੀ ਹੈ ਜਿੱਥੇ ਗੁਜਰਵਾਲ ਪਿੰਡ ਵੀ ਆਉਂਦਾ। ਸੋ ਅਸੀਂ MLA ਬਾਅਦ 'ਚ ਪਹਿਲਾਂ ਪਾਰਟੀ ਦੇ ਵਰਕਰ ਹਾਂ, ਬਤੌਰ ਵਰਕਰ ਇੱਥੇ ਡਿਊਟੀ ਲੱਗੀ ਹੈ, ਔਰ ਚਾਰਾਂ ਪਿੰਡਾਂ ਦੇ ਵਿੱਚ ਅੱਜ ਮੇਰੀ ਜੋਇੰਟ ਪ੍ਰੋਗਰਾਮ ਸੀ। ਅਤੇ ਵੇਖੋ ਜੇ ਕੋਈ ਇਹ ਕਵੇ ਆਪਾਂ ਧੱਕਾ ਕਦੇ ਕਰਦੇ ਨਹੀਂ, ਡੈਮੋਕ੍ਰੇਸੀ ਆ, ਹਰ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਪਰ ਜੇ ਕੋਈ ਇਹ ਕਵੇ ਕਿ ਆਪਾਂ ਕਿਸੇ ਦੇ ਵੋਟ ਪਾੜ ਕੇ ਵੋਟਾਂ ਲੈ ਲਈਏ, ਲੋਕਾਂ ਦੇ ਦਿਲਾਂ 'ਚ ਜਿਹੜਾ ਬੰਦਾ ਵਸਿਆ ਹੁੰਦਾ ਉਹ ਵੋਟ ਪਾੜਿਆਂ ਕਦੀ ਜਿੱਤ ਨਹੀਂ ਹੁੰਦੀ, ਇਹ ਉਹਨਾਂ ਨੂੰ ਮੈਂ ਸਿਰਫ ਆਗਾਹ ਕੀਤਾ ਕਿ ਇਹ ਕੰਮਾਂ ਤੋਂ ਬਾਜ ਆਓ, ਜੇ ਨਹੀਂ ਬਾਜ ਆਉਣਗੇ ਤਾਂ ਫਿਰ ਇਹਨੂੰ ਤੁਸੀਂ ਜਿਵੇਂ ਮਰਜ਼ੀ ਲੈ ਸਕਦੇ ਹੋ, ਔਰ ਲੋਕਾਂ ਦੇ ਜਿਹੜੇ ਦਿਲਾਂ ਦੇ ਵਿੱਚ ਜਦੋਂ ਵਸੋ ਤੁਸੀਂ ਵੋਟਾਂ ਉਦੋਂ ਮਿਲਦੀਆਂ, ਵੋਟ ਜਿੰਨੇ ਮਰਜ਼ੀ ਪਾੜ ਲਓ ਨਵਾਂ ਲੱਗ ਜੂਗਾ। ਪਰ ਮੈਂ ਨਾਲ ਦੀ ਨਾਲ ਇਹ ਵੀ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਜਿੱਥੇ ਧੱਕਾ ਕਰਨਾ ਨਹੀਂ ਉੱਥੇ ਸਹਿਣਾ ਵੀ ਜ਼ੁਲਮ ਆ, ਅਤੇ ਆਪਾਂ ਸਹਿੰਦੇ ਨਹੀਂ ਹੁੰਦੇ। ਦੇਖੋ ਅਫਸਰ ਜਿਹੜੇ ਆ ਪਬਲਿਕ ਸਰਵੈਂਟ ਨੇ, ਅਸੀਂ ਪਬਲਿਕ ਰਿਪ੍ਰੈਜੈਂਟੇਟਿਵ ਹਾਂ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ, ਜਿੱਥੇ ਅਸੀਂ ਲੋਕਾਂ ਦੇ ਕੰਮ ਕਰਨੇ ਆ ਉੱਥੇ ਅਫਸਰਾਂ ਦਾ ਵੀ ਫਰਜ਼ ਬਣਦਾ, ਅਸੀਂ ਲੋਕਾਂ ਦੇ ਟੈਕਸਾਂ ਤੋਂ ਤਨਖਾਹ ਲੈਂਦੇ ਹਾਂ, ਅਫਸਰ ਵੀ ਤਨਖਾਹ ਲੈਂਦੇ ਨੇ। ਬਿਲਕੁਲ ਉਹ ਜਿਹੜੇ ਮੈਂ ਨਾਂ ਲਏ ਆ ਉਹ ਬਕਾਇਦਾ ਇੱਥੇ ਮੁਲਾਜ਼ਮ ਨੇ, ਔਰ ਉਹ ਮੁਲਾਜ਼ਮ ਜਾ ਕੇ ਘਰਾਂ 'ਚ ਦਬਕੇ ਮਾਰਦੇ ਨੇ। ਇਹ ਤਾਂ ਅਸੀਂ ਬਤੌਰ MLA ਕਦੀ ਆਪਦੇ ਹਲਕੇ 'ਚ ਨਹੀਂ ਕਿਸੇ ਨੂੰ ਤੰਗ ਕੀਤਾ, ਦਬਕਾ ਮਾਰਿਆ, ਔਰ ਜਿਹੜੇ ਇੱਕ ਮੁਲਾਜ਼ਮ ਲੋਕਾਂ ਦੇ ਟੈਕਸ ਤੋਂ ਪੈਸਾ ਲੈ ਕੇ ਆਪਦੀ ਨੌਕਰੀ ਕਰਦੇ ਉਹ ਜਾ ਕੇ ਦਬਕੇ ਮਾਰਨਗੇ, ਅਤੇ ਨਾਂ ਲੈਣ ਤੋਂ ਮੈਂ ਡਰਦਾ ਨਹੀਂ, ਗਰੇਜ਼ ਨਹੀਂ ਕਰਾਂਗਾ। ਤੁਸੀਂ ਨਾਂ ਸੁਣੇ ਨੇ ਵਾਰ ਵਾਰ ਕਿਉਂ ਲੈਂਦੇ ਹੋ, 21 ਤੋਂ ਬਾਅਦ ਜੇ ਨਹੀਂ ਇਹ ਅਜੇ ਵੀ ਬੰਦੇ ਦੇ ਪੁੱਤ ਬਣਨਗੇ ਫਿਰ ਐਸੀ ਕੋਈ ਗੱਲ ਨਹੀਂ, ਕਿਉਂਕਿ ਇਹ ਆਪਾਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ। ਆਹ ਪਿੰਡ 'ਚ ਖੜ੍ਹੇ ਹਾਂ, ਹੱਥ ਜੋੜ ਕੇ ਕੋਈ ਵੋਟਾਂ ਮੰਗੇ, ਹੱਥ ਜੋੜ ਕੇ ਅਸੀਂ ਮੰਗਦੇ ਹਾਂ, ਜਿੰਨੇ ਕਿਤੇ ਵੋਟ ਪਾਉਣੀ ਆ ਹਰ ਬੰਦੇ ਦਾ ਆਪਦਾ ਅਧਿਕਾਰ ਆ, ਕਿਤੇ ਵੀ ਕੋਈ ਵੋਟ ਪਾ ਸਕਦਾ। ਵੇਖੋ 2.5 ਸਾਲ ਸਰਕਾਰ ਦੇ ਨਿਕਲ ਗਿਆ, ਲੋਕ ਕਹਿੰਦੇ ਆ ਇੱਥੇ ਕਾਂਗਰਸ ਸਰਕਾਰ ਦਾ ਪਤਾ ਨਹੀਂ ਲੱਗਿਆ, ਕਿਉਂਕਿ ਪਹਿਲੇ 10 ਸਾਲ ਵੀ ਇੱਥੇ ਬਹੁਤ ਤਸ਼ੱਦਦ ਹੋਇਆ, ਬਹੁਤ ਜ਼ਿਆਦਾ ਪਰਚੇ ਇੱਥੇ ਕਰਾਏ ਨੇ ਅਕਾਲੀਆਂ ਨੇ, ਔਰ ਲੋਕ ਕਹਿੰਦੇ ਨੇ ਕਿ ਜੇ ਕਾਂਗਰਸ ਦੀ ਸਰਕਾਰ ਨਹੀਂ ਆਈ ਤਾਂ ਜਦੋਂ ਇਹਨਾਂ ਆਪਦਾ ਨੁਮਾਇੰਦਾ ਵਿਧਾਨ ਸਭਾ 'ਚ ਪਹੁੰਚੂਗਾ ਤਾਂ 2.5 ਮਿੰਟਾਂ 'ਚ ਹੀ ਪਤਾ ਲੱਗ ਜਾਣਾ ਸਰਕਾਰ ਸਾਡੀ ਹੈ।